थे भाई पीछे हो जाएंगे ਜਿੱਥੇ ਜਿੱਥੇ ਵੀ ਨੁਕਸਾਨ ਹੋਇਆ ਜ਼ਿਆਦਾ ਨੁਕਸਾਨ ਹੋਇਆ ਬੀਰਪੁਰ ਦਾ ਵੀ ਨੁਕਸਾਨ ਹੋਇਆ ਸੋ ਜਿੱਥੇ ਜਿੱਥੇ ਵੀ ਨੁਕਸਾਨ ਹੋਇਆ ਉੱਥੇ ਸਾਰਾ ਦੇਖ ਕੇ ਉਹਨਾਂ ਦੀ ਗਰਦਾਵਰੀ ਜਲਦੀ ਤੋਂ ਜਲਦੀ ਕਰਕੇ ਜਿਹੜੇ ਕਿਸਾਨਾਂ ਨੂੰ ਨੁਕਸਾਨ ਹੋਣਾ ਉਹਨ
ਜਿਹੜਾ ਮੁਆਵਜ਼ੇ ਦੀ ਭਰਪਾਈ ਹੈ ਉਹ ਜਲਦੀ ਹੈ ਜੀ। ਗਰਾਊਂਡ ਜ਼ੀਰੋ ਤੇ ਖੜੇ ਹੋ, ਕੱਲ ਵੀ ਸਾਡੇ ਸੀਐਮ ਸਾਹਿਬ ਉਰੇ ਆ ਕੇ ਗਏ ਨੇ, ਹਲਕੇ ਸਮਾਣੇ ਦੇ ਕਾਲਾ ਪਿੰਡ ਵਿਖੇ ਆ ਕੇ ਗਏ ਨੇ। ਸੋ ਮੈਂ ਵੀ ਅੱਜ ਇੱਥੇ ਆਇਆ, ਦੇਖਿਆ ਵੀ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ, ਫਸਲਾਂ ਤਾਂ ਛੱਡੀ ਕੱਟੀ ਨੇ। ਸੋ ਸਾਡੀ ਕੋਸ਼ਿਸ਼ ਹੈ ਕਿ ਇਹਦੀ ਗਰਦਾਵਰੀ ਹੈ ਜਿਹੜੀ ਜਿੰਨੀ ਜਲਦੀ, ਐਸਡੀਐਮ ਸਾਹਿਬ ਸਾਡੇ ਨਾਲ ਨੇ ਔਰ ਪਟਵਾਰੀ ਹੈਗੇ ਆ ਸਾਰੇ, ਕਰਕੇ ਜਲਦ ਤੋਂ ਜਲਦੀ ਗਰਦਾਵਰੀ ਕਰਕੇ ਜਿਹੜਾ ਹੈਗਾ ਮੁਆਵਜ਼ਾ ਜਿਹੜਾ ਹੈ। ਕਈ ਥਾਵਾਂ ਤੇ ਪਾਣੀ ਖੜ ਜਾਂਦੇ, ਪਿੱਛੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕਿਸਾਨਾਂ ਦਾ ਜ਼ਿਆਦਾ ਨੁਕਸਾਨ ਹੁੰਦਾ। ਉਹੀ ਮੈਂ ਹੁਣ ਜਾ ਕੇ ਦੇਖੂੰਗਾ, ਜਿੱਥੇ ਕੋਈ ਪਾਈਪਲਾਈਨ ਪਾਉਣ ਵਾਲੇ ਹੋਊਗਾ ਉਹ ਪਾਈਪਾਂ ਦਾ ਫੰਡ ਵੀ ਦੇਵਾਂਗੇ, ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਸਗੋਂ ਪਿਛਲੀ ਵਾਰੀ ਆਏ ਸਾਲ ਜਿਹੜੀ ਜੀਰੀ ਦਾ ਨੁਕਸਾਨ ਹੁੰਦਾ ਸੀ, ਪਿਛਲੀ ਵਾਰੀ ਸਬਜ਼ੀ ਚੋਂ ਨਿਕਲਦਾ, ਜੀਰਾਪੁਰ ਚੋਂ ਨਿਕਲਦਾ। ਸੋ ਕਿਸੇ ਦੀ ਕੋਈ ਫਸਲ ਦਾ ਨੁਕਸਾਨ ਨਹੀਂ ਹੋਇਆ। ਸੋ ਹੁਣ ਜਾ ਕੇ ਦੇਖਾਂਗੇ, ਜੇ ਪਾਈਪ ਪਾਉਣ ਦੀ ਲੋੜ ਪਈ ਤਾਂ ਪਾਈਪ ਪਾਵਾਂਗੇ, ਅਸੀਂ ਚਾਹੁੰਦੇ ਵੀ ਕਿਸੇ ਦਾ ਕੋਈ ਨੁਕਸਾਨ ਨਾ। ਠੀਕ ਹੈ, ਇਸ ਸਾਲ ਪੰਜਾਬ ਦੇ ਮੁੱਖ ਸੰਪਰਕ ਮੰਤਰੀ ਜੀ ਦੇ ਕੋਲ ਦੌੜਾ ਮਾਜਰਾ ਜਿਹੜੇ ਵੀ ਸਮਾਨ ਹੈ ਜਿਹੜੇ ਕਿਸਾਨ ਆ ਆਪਣੇ ਕਰੇ ਮਾਰੇ ਆਪਣੇ ਕਰੇ ਮਾਰੇ।